ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਅੱਜ ਅਸੀਂ ਬਠਿੰਡੇ ਜਾ ਰਹੇ ਹਾਂ, ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਵਿੱਚ ਮੈਨੂੰ ਅੱਜ ਬੁਲਾਇਆ ਗਿਆ ਸੀ। ਸੋ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਕਿ ਤੁਸੀਂ ਮੇਰੀਆਂ ਵੀਡੀਓਜ਼ ਇੰਨਾ ਜ਼ਿਆਦਾ ਲਾਈਕ ਕਰ ਰਹੇ ਹੋ। ਸੋ ਅੱਜ ਮੈਂ ਸਟੂਡੈਂਟਸ ਅਤੇ ਪੇਰੈਂਟਸ ਦਾ ਥੋੜ੍ਹਾ ਡਿਸਕਸ ਕਰਨਾ ਚਾਹਾਂਗੀ, ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਸੋ ਮੈਂ ਦੇਖਿਆ ਕਿ ਮੇਰੇ ਨਾਲ ਬਹੁਤ ਸਾਰੇ ਸਟੂਡੈਂਟਸ ਵੀ ਜੁੜੇ ਹੋਏ ਨੇ, ਕਾਫੀ ਹਜ਼ਾਰਾਂ ਦੀ ਗਿਣਤੀ ਵਿੱਚ ਸਟੂਡੈਂਟਸ ਜਿਹੜੇ ਆ ਉਹ ਫੋਲੋ ਕਰਦੇ ਨੇ ਫੇਸਬੁੱਕ 'ਤੇ। ਅਤੇ ਮੈਂ ਵੀ ਹੁਣੇ ਹੁਣੇ ਆਪਣੀ ਸਟੂਡੈਂਟ ਲਾਈਫ ਤੋਂ ਬਾਹਰ ਆਈ ਹਾਂ। ਸੋ ਕਾਫੀ ਉਹ ਮੇਰੇ ਨਾਲ ਆਪਣੇ ਆਪ ਨੂੰ ਕਨੈਕਟ ਕਰ ਸਕਦੇ ਨੇ। ਸੋ ਅਕਸਰ ਮੈਂ ਵੇਖਿਆ ਕਿ ਸਟੂਡੈਂਟ ਜਿਹੜੇ ਆ ਉਹ ਕਾਲਜ ਨੂੰ ਬੜਾ ਦੋਸ਼ ਦਿੰਦੇ ਆ, ਜਾਂ ਕਾਲਜ ਦੀ ਬੜੀ ਜ਼ਿੰਮੇਵਾਰੀ ਸਮਝਦੇ ਆ ਕਿ ਕਾਲਜ ਉਹਨਾਂ ਦੀ ਪਲੇਸਮੈਂਟ ਕਰੇ। ਸੋ ਜਦੋਂ ਵੀ ਮੈਂ ਆਪਣੇ ਲੈਕਚਰਸ ਵਿੱਚ ਬੋਲਦੀ ਹਾਂ ਜਾਂ ਮੈਂ ਕਿਤੇ ਵੀ ਕਿਸੇ ਕਾਲਜ ਵਿੱਚ ਜਾਂਦੀ ਹਾਂ, ਤਾਂ ਮੈਂ ਸਟੂਡੈਂਟਸ ਨੂੰ ਇਹੀ ਪੁੱਛਦੀ ਹਾਂ ਕਿ ਤੁਸੀਂ ਜੋਬ ਕਰਨਾ ਚਾਹੋਗੇ ਕਿ ਤੁਸੀਂ ਆਪਣਾ ਕੋਈ ਕੰਮ ਕਰਨਾ ਚਾਹੋਗੇ। ਤਾਂ ਮੈਕਸੀਮਮ ਬੱਚੇ ਇਹੀ ਕਹਿੰਦੇ ਨੇ ਕਿ ਅਸੀਂ ਜੋਬ ਕਰਨਾ ਚਾਹਾਂਗੇ। ਸੋ ਸਟੂਡੈਂਟਸ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੋਬ ਕਰਨਾ ਚਾਹੋਗੇ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਕਾਲਜ ਦੀ ਜ਼ਿੰਮੇਦਾਰੀ ਹੈ ਕਿ ਤੁਹਾਨੂੰ ਜੋਬ 'ਤੇ ਲਾਉਣਾ। ਕਾਲਜ ਦੀ ਇੰਨੀ ਕੁ ਜ਼ਿੰਮੇਦਾਰੀ ਹੁੰਦੀ ਹੈ ਕਿ ਤੁਹਾਨੂੰ ਸਾਰੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ, ਤੁਹਾਨੂੰ ਹਰ ਇੱਕ ਤੁਹਾਨੂੰ ਲਾਇਬ੍ਰੇਰੀ ਪ੍ਰੋਵਾਈਡ ਕਰਨੀ। ਸੋ ਤੁਸੀਂ ਇੱਕ ਨੋਰਮਲ ਤੋਂ ਨੋਰਮਲ ਕਾਲਜ ਵਿੱਚ ਵੀ ਜਾਂਦੇ ਹੋ ਅਤੇ ਹਜ਼ਾਰਾਂ ਦੀਆਂ ਗਿਣਤੀਆਂ ਵਿੱਚ ਕਿਤਾਬਾਂ ਜਿਹੜੀਆਂ ਲਾਇਬ੍ਰੇਰੀ ਵਿੱਚ ਹੁੰਦੀਆਂ, ਨੋਰਮਲ ਤੋਂ ਨੋਰਮਲ ਕਾਲਜ ਵਿੱਚ ਵੀ ਜਾਂਦੇ ਹੋ ਤਾਂ ਤੁਹਾਡੇ ਕੋਲ ਬੈਠਣ ਦੀ ਜਗ੍ਹਾ ਹੈ, ਤੁਹਾਡੇ ਕੋਲ ਕਲਾਸਰੂਮਸ ਨੇ, ਕਿੰਨੇ ਸਾਰੇ ਇਗਜ਼ਾਮਪਲਸ ਨੇ ਲੋਕਾਂ ਦੇ ਕਿ ਜਿਹੜੇ ਕਦੀ ਕਾਲਜ ਵੀ ਨਹੀਂ ਗਏ ਅਤੇ ਉਹ ਇੰਨੀ ਦੂਰ ਤੱਕ ਪਹੁੰਚੇ ਹੋਏ ਨੇ ਆਪਣੀ ਲਾਈਫ ਵਿੱਚ। ਸੋ ਜੇ ਅਸੀਂ 4 ਸਾਲ 5 ਸਾਲ ਪੜ੍ਹ ਕੇ ਇਕੱਲਾ ਆਪਣੇ ਆਪ ਨੂੰ ਪਲੇਸ ਨਹੀਂ ਕਰ ਸਕਦੇ ਤਾਂ ਹੋਰ ਅਸੀਂ ਫਿਰ ਕੀ ਕਰਾਂਗੇ ਆਪਣੀ ਲਾਈਫ 'ਚ। ਸੋ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਜੇ ਤੁਸੀਂ ਇੱਕ ਕਾਲਜ ਵਿੱਚ 4 ਸਾਲ ਪੜ੍ਹੇ ਹੋ, ਇੱਕ ਕਾਲਜ ਵਿੱਚ 5 ਸਾਲ ਪੜ੍ਹੇ ਹੋ, ਅਤੇ ਫਿਰ ਤੁਸੀਂ ਖੁਦ ਦੀ ਇੱਕ ਇਕੱਲੇ ਬੰਦੇ ਦੀ ਨੌਕਰੀ ਨਹੀਂ ਲਵਾ ਸਕਦੇ, ਅਤੇ ਫਿਰ ਮੈਂ ਇਹ ਮੰਨਦੀ ਕਿ ਕਾਲਜ ਨੂੰ ਦੋਸ਼ ਦੇਣਾ ਜਿਹੜਾ ਬਿਲਕੁਲ ਗਲਤ ਹੈ। ਇੰਨਾ ਕੈਪੇਬਲ ਤੁਹਾਨੂੰ ਕਾਲਜ ਬਣਾ ਹੀ ਦਿੰਦਾ ਹੈ, ਨੋਰਮਲ ਤੋਂ ਨੋਰਮਲ ਕਾਲਜ ਵੀ ਆ, ਕਿ ਤੁਸੀਂ ਖੁਦ ਆਪਣੇ ਆਪ ਨੂੰ ਆਪਣੀ ਪਲੇਸਮੈਂਟ ਕਰ ਸਕਦੇ ਹੋ। ਸੋ ਹਰ ਕਾਲਜ ਦੀ 100% ਪਲੇਸਮੈਂਟ ਹੋ ਸਕਦੀ ਹੈ ਜੇ ਤੁਸੀਂ ਇਸ ਤਰ੍ਹਾਂ ਸੋਚੋ। ਸੋ ਜ਼ਰੂਰੀ ਨਹੀਂ ਕਿ ਤੁਹਾਨੂੰ ਟੀਚਰ ਨੇ ਪੜ੍ਹਾਉਣਾ ਹੈ, ਜ਼ਰੂਰੀ ਨਹੀਂ ਕਿ ਤੁਹਾਨੂੰ ਹਰ ਕੋਈ ਹਮੇਸ਼ਾ, ਜਿੱਦਾਂ ਕਿ ਇੰਡੀਆ ਵਿੱਚ ਚੱਲਦਾ ਹੈ ਸਪੂਨ ਫੀਡਿੰਗ ਚੱਲਦੀ ਹੈ ਕਿ ਜਿੱਦਾਂ ਮੰਮਾ ਨੇ ਕਿਹਾ, ਜਿੱਦਾਂ ਪੇਰੈਂਟਸ ਨੇ ਕਿਹਾ, ਜਿੱਦਾਂ ਟੀਚਰਸ ਨੇ ਕਿਹਾ ਤਾਂ ਹੀ ਮੈਂ ਸਿੱਖਾਂਗਾ, ਨਹੀਂ ਤਾਂ ਮੈਂ ਨਹੀਂ ਸਿੱਖਾਂਗਾ। ਤੁਹਾਡੀ ਖੁਦ ਦੀ ਵੀ ਬਹੁਤ ਜ਼ਿਆਦਾ ਜ਼ਿੰਮੇਦਾਰੀ ਹੈ ਕਿ ਤੁਸੀਂ ਖੁਦ ਆਪਣੇ ਆਪ ਲਈ ਟਾਈਮ ਕੱਢੋ, ਆਪਣੇ ਆਪ 'ਤੇ ਇਨਵੈਸਟ ਕਰੋ। ਸੋ ਸਟੂਡੈਂਟਸ ਨੂੰ ਮੇਰਾ ਇਹ ਮੈਸੇਜ ਆ। ਸੋ ਬੁੱਕਸ ਜਿਹੜੀਆਂ ਵਾ ਉਹ ਤੁਹਾਡੇ ਬੈਸਟ ਫਰੈਂਡਸ ਹੋਣੀਆਂ ਚਾਹੀਦੇ, ਕਿ ਜਦੋਂ ਅਸੀਂ ਇਹ ਸੋਚਦੇ ਆਪਣੀ ਲਾਈਫ ਵਿੱਚ ਅੱਗੇ ਅੱਗੇ ਵੱਧਦੇ ਹਾਂ ਅਤੇ ਅਸੀਂ ਹਮੇਸ਼ਾ ਇਹ ਭਾਲਦੇ ਹਾਂ ਕਿ ਸਾਡਾ ਕੋਈ ਗਾਈਡ ਹੋਵੇ, ਸਾਨੂੰ ਕੋਈ ਕੁਛ ਸਮਝਾ ਦੇ, ਸਾਨੂੰ ਕੋਈ ਕੁਛ ਦੱਸ ਦੇ, ਤਾਂ ਕਿ ਅਸੀਂ ਆਪਣੀ ਲਾਈਫ 'ਚ ਅੱਗੇ ਮੂਵ ਕਰ ਸਕੀਏ, ਅਸੀਂ ਸਲਾਹ ਲੈ ਸਕੀਏ। ਸੋ ਜੇ ਤੁਸੀਂ ਮੈਨੂੰ ਪੁੱਛੋ ਤਾਂ ਮੈਂ ਬਹੁਤ ਸਾਰੀਆਂ ਬੁੱਕਸ ਪੜ੍ਹਦੀ ਹਾਂ, ਬਹੁਤ ਸਾਰੀਆਂ ਬੁੱਕਸ ਖਰੀਦਦੀ ਹਾਂ। ਉਹਦੇ ਨਾਲ ਕੀ ਹੁੰਦਾ ਕਿ ਬੁੱਕਸ ਪੜ੍ਹਨ ਨਾਲ ਤੁਸੀਂ ਦੂਸਰਿਆਂ ਦੇ ਐਕਸਪੀਰੀਅੰਸ ਪੜ੍ਹਦੇ ਹੋ, ਐਕਸਪੀਰੀਅੰਸ ਤੁਸੀਂ ਗੇਨ ਕਰਦੇ ਹੋ। ਜਿਹੜੀ ਚੀਜ਼ ਤੁਸੀਂ 5 ਸਾਲ 10 ਸਾਲ ਲਾ ਕੇ ਸਿੱਖਣੀ ਆ, ਉਹ ਚੀਜ਼ ਤੁਹਾਨੂੰ 1-2 ਦਿਨਾਂ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਂਦੀ ਜਦੋਂ ਤੁਸੀਂ ਬੁੱਕਸ ਨੂੰ ਪੜ੍ਹਦੇ ਹੋ। ਸੋ ਜਿਵੇਂ ਕਿ ਮੈਂ ਸ਼ੂਜ਼ ਦਾ ਬਿਜ਼ਨਸ ਕਰਦੀ ਹਾਂ ਔਨਲਾਈਨ, ਅਤੇ ਮੈਂ ਜਦੋਂ ਮੈਨੂੰ ਆਪਣੀ ਲਾਈਫ ਵਿੱਚ ਪ੍ਰੋਬਲਮ ਆਈ, ਜਦੋਂ ਮੈਨੂੰ ਆਪਣੇ ਬਿਜ਼ਨਸ 'ਚ ਪ੍ਰੋਬਲਮ ਆਉਂਦੀ ਸੀ, ਅਤੇ ਮੈਂ ਇਹ ਸੋਚਦੀ ਸੀ ਕਿ ਹੁਣ ਮੈਂ ਕਿੱਥੋਂ ਪੁੱਛਾਂ, ਕਿਹਨੂੰ ਪੁੱਛਾਂ। ਸੋ ਮੈਂ ਕਾਫੀ ਬੁੱਕਸ ਪੜ੍ਹੀਆਂ ਸੀ ਉਦੋਂ ਵੀ ਮੈਂ ਨਾਇਕੀ ਦੀ ਬੁੱਕ ਪੜ੍ਹੀ। ਆਈ ਥਿੰਕ ਬਹੁਤ ਸਾਰੇ ਲੋਕ ਹੋਣਗੇ ਕਿ ਜਿਹੜੇ ਨਾਇਕੀ ਦੇ ਸ਼ੂ ਪਾਉਂਦੇ ਹੋਣਗੇ। ਸੋ ਨਾਇਕੀ ਦਾ ਜਿਹੜਾ ਫਾਊਂਡਰ ਸੀ ਫਿਲ ਨਾਈਟ, ਉਹਦੀ ਮੈਂ ਬੁੱਕ ਪੜ੍ਹੀ, ਅਤੇ ਮੈਂ ਦੇਖਿਆ ਕਿ ਉਹ ਖੁਦ ਵੀ ਆਪਣੇ ਨਾਲ ਨਾਲ ਜੋਬ ਕਰਦਿਆਂ ਹੋਇਆਂ ਆਪਣਾ ਬਿਜ਼ਨਸ ਜਿਹੜਾ ਉਹਨੇ ਸ਼ੁਰੂ ਕੀਤਾ, ਜਿਹੜਾ ਕਿ ਕਾਫੀ ਜਾਣੇ ਕਹਿੰਦੇ ਨੇ ਕਿ ਮੈਂ ਜੋਬ ਕਰਾਂ ਜਾਂ ਮੈਂ ਬਿਜ਼ਨਸ ਕਰਾਂ ਜਾਂ ਮੈਂ ਜੋਬ ਦੇ ਨਾਲ ਨਾਲ ਬਿਜ਼ਨਸ ਕਿੱਦਾਂ ਕਰਾਂ। ਸੋ ਤੁਸੀਂ ਦੇਖੋ ਕਿ ਨਾਇਕੀ ਵਰਗੇ ਬ੍ਰਾਂਡ ਦੇ ਫਾਊਂਡਰ ਨੇ ਵੀ ਆਪਣਾ ਜਿਹੜਾ ਬਿਜ਼ਨਸ ਆ ਉਹ ਕਿੰਨੇ ਸਾਲ ਨਾਲ ਨਾਲ ਜੋਬ ਕੀਤੀ ਅਤੇ ਨਾਲ ਨਾਲ ਉਹਨੇ ਆਪਣਾ ਬਿਜ਼ਨਸ ਰਨ ਕੀਤਾ। ਉਹਨੇ ਇੱਥੋਂ ਤੱਕ ਕਿ ਜਿਹੜੇ ਫਿਜ਼ੀਕਲੀ ਚੈਲੇਂਜ ਸੀ ਲੋਕ, ਜਿਨ੍ਹਾਂ ਜਿਹੜੇ ਹੈਂਡੀਕੈਪ ਸੀ, ਜਿਨ੍ਹਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਸੀ, ਉਹਨਾਂ ਨੂੰ ਵੀ ਉਹਨੇ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ, ਉਹਨਾਂ ਨੂੰ ਵੀ ਉਹਨੇ ਹਾਇਰ ਕੀਤਾ। ਸੋ ਇਹਦੇ ਨਾਲ ਇਹ ਤੋਂ ਇਹ ਪਤਾ ਲੱਗਦਾ ਕਿ ਕਿੰਨੀ ਹਿਊਮੈਨਿਟੀ ਸੀ ਉਹਦੇ ਅੰਦਰ, ਕਿੰਨਾ ਉਹਨੂੰ ਟ੍ਰਿਗਰ ਕਰਦੀਆਂ ਸੀ ਚੀਜ਼ਾਂ ਕਿ ਹਾਂ ਮੈਂ ਇਨਸਾਨੀਅਤ ਨਾਲ ਜੁੜੇ ਰਹਿਣਾ, ਹਰ ਇੱਕ ਨੂੰ ਮੈਂ ਪ੍ਰੈਫਰੈਂਸ ਦੇਣੀ ਆ ਅਤੇ ਮੈਂ ਆਪਣੀ ਲਾਈਫ ਵਿੱਚ ਅੱਗੇ ਵਧਣਾ। ਸੋ
ਛੋਟਾ ਸ਼ੁਰੂ ਕਰੋ ਤੇ ਖੁਦ ਦਾ ਸ਼ੁਰੂ ਕਰੋ। ਜ਼ਰੂਰੀ ਨਹੀਂ ਕਿ ਤੁਸੀਂ ਜੌਬ ਸੀਕਰ ਹੀ ਬਣਨਾ, ਕਿ ਜਦੋਂ ਤੁਸੀਂ ਜੌਬ ਲੱਭ ਰਹੇ ਹੋ। ਅੱਜ ਕੱਲ੍ਹ ਦੇ ਯੂਥ ਨੂੰ ਜੌਬ ਕ੍ਰੀਏਟਰ ਬਣਨ ਦੀ ਜ਼ਿਆਦਾ ਲੋੜ ਆ ਅਤੇ ਔਨਟਰਪਨਿਊਰਸ ਨਾਲ ਜੁੜਨ ਦੀ ਜ਼ਿਆਦਾ ਲੋੜ ਆ। ਜਿਹੜੇ ਲੋਕ ਨਿਊ ਬਿਜ਼ਨਸ ਸਟਾਰਟ ਕਰ ਰਹੇ ਨੇ, ਤੁਸੀਂ ਉਹਨਾਂ ਨਾਲ ਪ੍ਰੈਫਰ ਕਰੋ ਕੰਮ ਕਰਨਾ, ਕਿਉਂਕਿ ਤੁਸੀਂ ਵੀ ਇੱਕ ਔਨਟਰਪਨਿਊਰ ਹੀ ਬਣ ਜਾਂਦੇ ਹੋ, ਤੁਸੀਂ ਵੀ ਇੱਕ ਸਟਾਰਟਅਪ ਬਿਜ਼ਨਸ ਵਾਲੇ ਬਣ ਜਾਂਦੇ ਹੋ, ਕਿ ਹਾਂ ਤੁਹਾਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਥੋੜ੍ਹੇ ਤੋਂ ਹੀ ਜਿਹੜਾ ਗੇਨ ਹੋ ਜਾਂਦਾ। ਸੋ ਸਾਰੇ ਸਟੂਡੈਂਟਸ ਨੂੰ ਮੇਰਾ ਇਹ ਮੈਸੇਜ ਹੈ ਕਿ ਤੁਹਾਨੂੰ ਜੌਬ ਸੀਕਰ ਨਹੀਂ, ਕਿ ਤੁਸੀਂ ਹਮੇਸ਼ਾ ਨੌਕਰੀ ਲੱਭਦੇ ਰਹੋ, ਇੱਦਾਂ ਦੇ ਬਣੋ, ਤੁਸੀਂ ਇੱਦਾਂ ਦੇ ਬਣੋ ਕਿ ਤੁਸੀਂ ਜੌਬ ਕ੍ਰੀਏਟਰ ਬਣੋ। ਸੋ ਮੈਂ ਖੁਦ ਇੱਕ ਇਗਜ਼ਾਮਪਲ ਹਾਂ, ਮੇਰੇ ਵਰਗੀਆਂ ਹਜ਼ਾਰਾਂ ਇਗਜ਼ਾਮਪਲ ਆ ਕਿ ਜਿਨ੍ਹਾਂ ਨੇ ਬਹੁਤ ਹੀ ਥੋੜ੍ਹੇ ਪੈਸਿਆਂ ਤੋਂ ਆਪਣਾ ਬਿਜ਼ਨਸ ਜਿਹੜਾ ਸਟਾਰਟ ਕੀਤਾ। ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਮੈਂ ਆਪਣਾ ਬਿਜ਼ਨਸ ਸਟਾਰਟ ਕੀਤਾ ਅਤੇ ਮੈਂ ਮੇਰੇ ਹਸਬੈਂਡ ਜਿਹੜੇ ਆ ਉਹ ਰੋਜ਼ ਦੇ ਡੇਲੀ ਆਰਟਵਰਕਸ ਬਣਾਉਂਦੇ ਸੀ, ਤਿੰਨ ਤਿੰਨ ਚਾਰ ਚਾਰ ਆਰਟਵਰਕਸ ਬਣਾਉਂਦੇ ਸੀ। ਜਿਹੜਾ ਮੈਂ ਕ੍ਰੀਏਟਿਵਸ ਦਾ ਹੁਣ ਆਪਣੇ ਇੰਪਲੋਈ ਹਾਇਰ ਕੀਤਾ ਹੋਇਆ, ਉਹ ਸਾਰਾ ਕੰਮ ਮੇਰੇ ਹਸਬੈਂਡ ਕਰਦੇ ਸੀ। ਟੋਲ ਫਰੀ ਨੰਬਰ ਜਿਹੜਾ ਮੇਰੀ ਕੰਪਨੀ ਦਾ, ਮੈਂ ਖੁਦ ਸੁਣਦੀ ਹੁੰਦੀ ਸੀ ਅਤੇ ਖੁਦ ਮੈਂ ਅਟੈਂਡ ਕਰਦੀ ਸੀ ਸਾਰੇ ਕਸਟਮਰ ਦੀਆਂ ਕਾਲਸ। ਅਤੇ ਜਿਹੜਾ ਵੇਅਰ ਹਾਊਸ ਹੁੰਦਾ ਸੀ ਜਿੱਥੇ ਅਸੀਂ ਆਪਣਾ ਸਮਾਨ ਰੱਖਣਾ ਸੀ, ਉਹ ਮੈਂ ਆਪਣੇ ਕਮਰੇ 'ਚ ਬਣਾਇਆ ਹੋਇਆ ਸੀ। ਸੋ ਮੇਰੇ ਰੂਮ 'ਚ ਹੀ ਸਾਰੇ ਸ਼ੂਜ਼ ਪਏ ਹੁੰਦੇ ਸੀ, ਰੂਮ 'ਚ ਹੀ ਸਾਰੇ ਡੱਬੇ ਲੱਗੇ ਹੁੰਦੇ ਸੀ, ਉੱਥੋਂ ਹੀ ਪੈਕ ਕਰਕੇ ਅਸੀਂ ਭੇਜਦੇ ਸੀ। ਸੋ ਬਹੁਤ ਛੋਟੇ ਤੋਂ ਸ਼ੁਰੂ ਕੀਤਾ ਅਤੇ ਹਰ ਕੋਈ ਕਰ ਸਕਦਾ, ਬਸ ਇਹ ਹੈ ਕਿ ਦਿਨ ਰਾਤ ਇੱਕ ਕਰਨ ਦੀ ਬਹੁਤ ਜ਼ਿਆਦਾ ਲੋੜ ਆ। ਸੋ ਛੋਟਾ ਸ਼ੁਰੂ ਕਰੋ ਅਤੇ ਖੁਦ ਦਾ ਸ਼ੁਰੂ ਕਰੋ। ਭਾਵੇਂ ਗਰਲਸ ਵੀ ਆ ਉਹ ਆਪਣੀ ਜਿੱਦਾਂ ਟਿਊਸ਼ਨਸ ਹੀ ਪੜ੍ਹਾਉਂਦੀਆਂ, ਜਾਂ ਛੋਟੀ ਜਿਹੀ ਤੁਸੀਂ ਅਕੈਡਮੀ ਖੋਲ੍ਹ ਲਈ, ਜਾਂ ਤੁਸੀਂ ਕੋਈ ਵੀ ਆਪਣੇ ਪਿੰਡ ਦਾ ਪ੍ਰੋਡਕਟ ਤੁਸੀਂ ਅੱਗੇ ਲੈ ਕੇ ਗਏ। ਅੱਜ ਕੱਲ੍ਹ ਤਾਂ ਸਾਰਾ ਕੁਝ ਔਨਲਾਈਨ ਆ, ਤੁਸੀਂ ਔਨਲਾਈਨ ਐਡ ਕਰਕੇ ਜਾਂ ਔਨਲਾਈਨ ਆਪਣੇ ਆਪ ਨੂੰ ਪ੍ਰਮੋਟ ਕਰਕੇ ਹੌਲੀ ਹੌਲੀ ਜਿਹੜੇ ਆਪਣੇ ਕਸਟਮਰਸ ਆ ਉਹ ਤੁਸੀਂ ਗੇਨ ਕਰ ਸਕਦੇ ਹੋ। ਸੋ ਗਰਲਸ ਨੂੰ ਮੈਂ ਮੰਨਦੀ ਹਾਂ ਕਿ ਜ਼ਿਆਦਾ ਚੈਲੇਂਜ ਆ ਜਦੋਂ ਗਰਲਸ ਇਸ ਤਰ੍ਹਾਂ ਸੋਚਦੀਆਂ ਨੇ ਕਿ ਮੈਂ ਇੱਕ ਬਿਜ਼ਨਸ ਕਰਨਾ ਹੈ ਜਾਂ ਮੈਂ ਆਪਣਾ ਕੁਝ ਸ਼ੁਰੂ ਕਰਨਾ। ਗਰਲਸ ਨੂੰ ਸੋਸ਼ਲ ਚੈਲੇਂਜ ਵੀ ਆ, ਗਰਲਸ ਨੂੰ ਫਾਈਨੈਂਸ਼ੀਅਲ ਚੈਲੇਂਜ ਵੀ ਆ। ਫਾਈਨੈਂਸ਼ੀਅਲ ਚੈਲੇਂਜ ਗਰਲਸ ਨੂੰ ਇਸ ਲਈ ਆ ਕਿਉਂਕਿ ਇੰਡੀਆ ਵਿੱਚ ਗਰਲਸ ਦੇ ਨਾਮ 'ਤੇ ਤਾਂ ਕੋਈ ਪ੍ਰੋਪਰਟੀ ਹੁੰਦੀ ਨਹੀਂ ਆ, ਕਿ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਫਿਰ ਵੀ ਉਹਨਾਂ ਕੋਲ ਕੁਛ ਨਹੀਂ ਹੁੰਦਾ। ਸੋ ਗਰਲਸ ਨੂੰ ਫਾਈਨੈਂਸ਼ੀਅਲ ਚੈਲੇਂਜ ਵੀ ਬਹੁਤ ਆ, ਮੈਨੂੰ ਵੀ ਸੀ, ਸਾਰਿਆਂ ਨੂੰ ਹੁੰਦਾ। ਸੋ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਰ ਨਹੀਂ ਸਕਦੇ। ਚੈਲੇਂਜ ਕੋਈ ਵੀ ਹੋਵੇ, ਜੇ ਸਾਡੇ 'ਚ ਦ੍ਰਿੜਤਾ ਹੈ ਕਿ ਅਸੀਂ ਕਰਨਾ ਹੀ ਆ ਤਾਂ ਅਸੀਂ ਜ਼ਰੂਰ ਕਰ ਸਕਦੇ। ਉਲਟਾ ਸਗੋਂ ਅਸੀਂ ਹੋਰ ਬੈਨੀਫਿਸ਼ੀਅਲ ਆ, ਹੋਰ ਜ਼ਿਆਦਾ ਸਾਡੇ ਲਈ ਵਧੀਆ ਗੱਲ ਆ ਕਿ ਸਾਡੇ 'ਤੇ ਕੋਈ ਵੀ ਲੋਨ ਦਾ ਸਾਨੂੰ ਕੋਈ ਟੈਨਸ਼ਨ ਨਹੀਂ ਆ, ਅਸੀਂ ਬੈਂਕ ਨੂੰ ਕੁਛ ਨਹੀਂ ਦੇਣਾ। ਸੋ ਖੁਦ ਵੀ ਕਰਨਾ, ਥੋੜ੍ਹੇ ਤੋਂ ਸ਼ੁਰੂ ਕਰਨਾ, ਹੌਲੀ ਹੌਲੀ ਗਰੋ ਕਰਨਾ, ਆਪਣੀਆਂ ਇੱਛਾਵਾਂ ਦਾ ਸੈਕਰੀਫਾਈਸ ਕਰਕੇ ਆਪਣੀ ਸਾਰੀ ਹੀ ਜਿੰਨੇ ਵੀ ਰਿਸੋਰਸਿਸ ਆ ਉਹਨਾਂ ਨੂੰ ਇਕਜੁੱਟ ਕਰਨਾ ਅਤੇ ਵਧੀਆ ਆਪਣੀ ਪ੍ਰੋਡਕਟੀਵਿਟੀ ਦੇਣੀ, ਉਹ ਵੀ ਜਿਹੜਾ ਵਾ ਬਹੁਤ ਜ਼ਿਆਦਾ ਜ਼ਰੂਰੀ ਆ, ਬਹੁਤ ਜ਼ਿਆਦਾ ਅੱਛੀ ਗੱਲ ਆ ਕਿ ਥੋੜ੍ਹੇ ਤੋਂ ਸ਼ੁਰੂ ਕਰਨਾ, ਆਪਣੀਆਂ ਇੱਛਾਵਾਂ ਥੋੜ੍ਹੀਆਂ ਰੱਖਣੀਆਂ ਅਤੇ ਆਪਣੀ ਜਿਹੜੀ ਮਿਹਨਤ ਕਰਦੇ ਜਾਣਾ ਅਤੇ ਟਾਈਮ ਦਾ ਵੇਟ ਕਰਨਾ ਸਹੀ ਟਾਈਮ ਦਾ ਕਿ ਜਦੋਂ ਅਸੀਂ ਗਰੋ ਕਰ ਜਾਈਏ। ਸੋ ਸੋਸ਼ਲ ਚੈਲੇਂਜ ਗਰਲਸ ਨੂੰ ਬਹੁਤ ਆ। ਘਰ ਵਿੱਚ ਸ਼ਾਇਦ ਬਹੁਤ ਸਾਰੀਆਂ ਗਰਲਸ ਹੋਣਗੀਆਂ ਜਿਨ੍ਹਾਂ ਨੂੰ ਇਹ ਕਹਿੰਦੇ ਹੋਣਗੇ ਕਿ ਨਹੀਂ ਤੁਸੀਂ ਕਿੱਦਾਂ ਕਰੋਗੇ, ਤੁਸੀਂ ਨਹੀਂ ਕਰ ਸਕਦੇ, ਸਮਾਜ 'ਚ ਬਹੁਤ ਔਖਾ ਹੈ, ਜਾਂ ਤੁਹਾਡੇ ਇਨਲੋਸ ਕਹਿ ਸਕਦੇ ਨੇ, ਜਾਂ ਤੁਹਾਡੇ ਆਪਣੇ ਮੰਮੀ ਪਾਪਾ, ਤੁਹਾਡਾ ਬ੍ਰਦਰ ਤੁਹਾਨੂੰ ਕਹਿ ਸਕਦਾ। ਸੋ ਇਹ ਸਾਰੇ ਚੈਲੇਂਜਸ ਤੋਂ ਉੱਪਰ ਉੱਠਣਾ, ਕਰਕੇ ਵਿਖਾਉਣਾ, ਆਪਣੇ ਆਪ ਨੂੰ ਚੈਲੇਂਜ ਕਰਨਾ ਕਿ ਮੈਂ ਕਰ ਸਕਦੀ ਹਾਂ। ਸੋ ਸਮਾਂ ਲੈਣਾ, ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨਾ, ਤੁਸੀਂ ਆਪਣੀ ਫੈਮਿਲੀ ਨੂੰ ਕਨਵਿੰਸ ਕਰੋ ਕਿ ਨਹੀਂ ਮੈਨੂੰ ਕਰਕੇ ਵਿਖਾਉਣਾ। ਅਤੇ ਗਰਲਜ਼ ਦੀ ਵੀ ਇਹ ਪੂਰੀ ਡਿਊਟੀ ਹੈ ਕਿ ਮੈਂ ਤੁਸੀਂ ਬਹੁਤ ਹੀ ਸੀਰੀਅਸਲੀ ਆਪਣੀ ਲਾਈਫ ਨੂੰ ਲਓ। ਜ਼ਰੂਰੀ ਨਹੀਂ ਕਿ ਤੁਸੀਂ ਹਮੇਸ਼ਾ ਹੀ ਡਿਪੈਂਡ ਹੀ ਹੋਣਾ ਕਿ ਤੁਹਾਡਾ ਵਿਆਹ ਹੋ ਜਾਏਗਾ ਅਤੇ ਤੁਸੀਂ ਬਾਅਦ 'ਚੋਂ ਆਪਣੇ ਹਸਬੈਂਡ 'ਤੇ ਡਿਪੈਂਡ ਹੋ ਗਏ ਜੇ, ਜਾਂ ਤੁਸੀਂ ਦੂਸਰੀ ਫੈਮਿਲੀ 'ਤੇ ਡਿਪੈਂਡ ਹੋ ਗਏ ਜੇ, ਜਾਂ ਤੁਸੀਂ ਵੇਟ ਕਰ ਰਹੇ ਜੇ ਕਿ ਕੋਈ ਤੁਹਾਡੀ ਹੈਲਪ ਕਰੇ। ਸੋ ਹੌਲੀ ਹੌਲੀ ਥੋੜ੍ਹੇ ਤੋਂ ਆਪਣਾ ਸ਼ੁਰੂ ਕਰਨਾ ਜਿਹੜਾ ਬਹੁਤ ਜ਼ਰੂਰੀ ਆ, ਆਪਣਾ ਖੁਦ ਦਾ ਕੰਮ ਕਰਨਾ ਵੀ ਬਹੁਤ ਜ਼ਰੂਰੀ ਆ। ਕਿੰਨੀਆਂ ਲੇਡੀਜ਼ ਆ ਪੂਰੇ ਵਰਲਡ ਵਿੱਚ ਜਿਹੜੀਆਂ ਕਿ ਇੰਨੇ ਅੱਛੇ ਅੱਛੀਆਂ ਜੋਬਸ ਕਰ ਰਹੀਆਂ ਨੇ, ਉਹ ਵੀ ਤਾਂ ਮਿਹਨਤ ਕਰਦੀਆਂ ਨੇ, ਉਹਨਾਂ ਨੇ ਵੀ, ਉਹਨਾਂ ਦਾ ਵੀ ਮੈਰਿਜ ਹੋਈ ਆ, ਉਹਨਾਂ ਦੇ ਵੀ ਬੱਚੇ ਹੋਏ ਨੇ। ਸੋ ਇਹ ਆ ਕਿ ਸਾਨੂੰ ਆਪਣੇ ਤੋਂ ਵਧੀਆ ਲੋਕਾਂ ਤੋਂ ਸਿੱਖਣਾ ਅਤੇ ਆਪਣੇ ਆਪ ਨੂੰ ਇੱਕ ਨੋਰਮਲ ਜ਼ਿੰਦਗੀ ਵਾਂਗੂ ਨਹੀਂ ਕੱਢ ਦੇਣਾ, ਆਪਣੇ ਆਪ ਨੂੰ ਚੈਲੇਂਜ ਕਰਨਾ ਹੈ ਕਿ ਮੈਂ ਕਰ ਸਕਦੀ ਹਾਂ ਅਤੇ ਮੈਂ ਅਰਨ ਕਰ ਸਕਦੀ ਹਾਂ, ਮੈਂ ਕੁਛ ਅੱਛਾ ਕਰ ਸਕਦੀ ਹਾਂ, ਅਤੇ ਆਪਣੀ ਜਿਹੜੀ ਸੋਚ ਆ ਉਹ ਬਿਲਕੁਲ ਸਹੀ ਰੱਖਣ ਦੀ ਬਹੁਤ ਜ਼ਰੂਰਤ ਆ।
ਸੋ ਕਦੀ ਵੀ ਇਹ ਨਾ ਭੁੱਲੋ ਕਿ ਗਰਲਸ ਦੀ ਪਾਵਰ ਜ਼ਿਆਦਾ ਹੈ, ਕਿਉਂਕਿ ਗਰਲਸ ਵਿੱਚ ਬਹੁਤ ਜ਼ਿਆਦਾ ਸਹਿਣ ਸ਼ਕਤੀ ਆ, ਗਰਲਸ ਸਹਿ ਸਕਦੀਆਂ ਨੇ, ਉਹ ਕਾਫੀ ਸਿਚੁਏਸ਼ਨਸ ਨੂੰ ਹੈਂਡਲ ਕਰ ਸਕਦੀਆਂ ਨੇ, ਉਹ ਪਿਆਰ ਨਾਲ ਡੀਲ ਕਰ ਸਕਦੀਆਂ ਨੇ, ਉਹਨਾਂ ਨੂੰ ਗੱਲ ਕਰਨ ਦਾ ਅਲੱਗ ਅਲੱਗ ਉਹਨਾਂ ਦਾ ਤਰੀਕਾ ਹੈ, ਉਹਨਾਂ ਨਾਲ ਜਦੋਂ ਕੋਈ ਗੱਲ ਕਰਦਾ ਤੇ ਅਗਲਾ ਜਿਹੜਾ ਬੰਦਾ ਉਹ ਪੂਰਾ ਸੋਫਟ ਹੋ ਜਾਂਦਾ। ਸੋ ਕਾਫੀ ਸਿਚੁਏਸ਼ਨ ਜਿਹੜੀਆਂ ਕਿ ਵਰਸਟ ਓਵਰ ਸਿਚੁਏਸ਼ਨ ਵੀ ਗਰਲਸ ਜਿਹੜੀਆਂ ਬੈਟਰ ਹੈਂਡਲ ਕਰ ਸਕਦੀਆਂ। ਮੈਂ ਪੂਰਾ ਮੰਨਦੀ ਹਾਂ ਕਿ ਜਿਹੜੀਆਂ ਗਰਲਸ ਆ ਉਹ ਈਵਨ ਬੈਟਰ ਬਿਜ਼ਨਸ ਵੀ ਕਰ ਸਕਦੀਆਂ ਵਾ, ਠੀਕ ਆ। ਉੱਦਾਂ ਜਿਹੜੇ ਮੈਨ ਆ ਉਹ ਜ਼ਿਆਦਾ ਤਾਕਤਵਰ ਹੋਣਗੇ, ਹੱਡੀਆਂ ਦੀ ਤਾਕਤ ਜ਼ਿਆਦਾ ਹੋਏਗੀ, ਬਟ ਇਹਦਾ ਮਤਲਬ ਇਹ ਨਹੀਂ ਆ ਕਿ ਜਿਹੜੀ ਦਿਮਾਗੀ ਤਾਕਤ ਆ ਸਾਡੀ, ਸਾਡੇ ਦਿਲ ਦੀ ਤਾਕਤ ਆ ਉਹ ਸਾਡੀ ਘੱਟ ਗਈ। ਸੋ ਇਸ ਤਰ੍ਹਾਂ ਤੁਸੀਂ ਨਹੀਂ ਸੋਚਣਾ, ਆਪਣੇ ਆਪ ਨੂੰ ਪੂਰਾ ਚੈਲੰਜ ਕਰਨਾ ਕਿ ਮੈਂ ਵੱਧ ਤੋਂ ਵੱਧ ਜਿਹੜੀ ਮਿਹਨਤ ਕਰਨੀ ਆ। ਸੋ ਜਦੋਂ ਵੀ ਮੈਂ ਜਿੱਦਾਂ ਕਾਲਜਿਸ ਵਿੱਚ ਜਾਂਦੀ ਹਾਂ, ਜਿੱਦਾਂ ਕਿ ਮੈਂ ਕੁਛ ਮਹੀਨੇ ਪਹਿਲਾਂ IIT ਰੁੜਕੀ ਗਈ ਸੀ ਤੇ ਮੇਰਾ ਆਂਟਰਪ੍ਰੀਨਿਓਰਸ਼ਿਪ ਤੇ ਸਟਾਰਟਅਪਸ ਤੇ ਲੈਕਚਰ ਸੀ, ਤੇ ਜਦੋਂ ਮੈਂ ਉਸ ਕਲਾਸ ਵਿੱਚ ਵੇਖਿਆ ਤੇ ਅਰਾਊਂਡ 60-70 ਬੋਇਜ਼ ਸੀ ਤੇ ਸਿਰਫ ਇੱਕ ਹੀ ਗਰਲ ਸੀ। ਸੋ ਹਾਰਡਲੀ ਇੱਕ ਦੋ ਗਰਲਸ ਹੋਣਾ ਜਦੋਂ ਕਿ ਅਸੀਂ ਇੱਦਾਂ ਲੈਕਚਰ ਕਰਦੇ ਹਾਂ। ਸੋ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ, ਲੱਗਦਾ ਦਿਖਦਾ ਹੈ ਕਿ ਇੰਨੇ ਟੌਪ ਕਾਲਜਿਸ ਦੇ ਵਿੱਚ ਵੀ ਗਰਲਸ ਇੰਨੀਆਂ ਜ਼ਿਆਦਾ ਪਿੱਛੇ ਨੇ। ਸੋ ਇਸ ਚੀਜ਼ ਨੂੰ ਅਸੀਂ ਘਟਾਉਣਾ ਹੈ, ਸਾਨੂੰ ਆਪਣੀਆਂ ਸਿਸਟਰਸ ਨੂੰ, ਆਪਣੀ ਵਾਈਫ ਨੂੰ, ਆਪਣੇ ਫਰੈਂਡਸ ਨੂੰ ਇਨਕਰੇਜ ਕਰਨ ਦੀ ਲੋੜ ਹੈ ਕਿ ਤੁਸੀਂ ਵੀ ਕਰੋ ਅਤੇ ਅੱਗੇ ਆਓ। ਜੇ ਕੰਪਨੀ ਸਿਰਫ ਮੈਨ ਹੀ ਚਲਾਈ ਜਾਣਗੇ ਜਾਂ ਕੋਈ ਵੀ ਕੰਮ ਸਿਰਫ ਮੈਨ ਕਰੀ ਜਾਣਗੇ ਤੇ ਫਿਰ ਦੋਨੋਂ ਪੱਖ ਜਿਹੜੇ ਆ ਉਹਦੇ ਵਿੱਚ ਨਹੀਂ ਆਉਂਦੇ, ਜਿਹੜੇ ਕਿ ਬਹੁਤ ਜ਼ਰੂਰੀ ਆ ਹਰ ਕੰਮ ਵਿੱਚ। ਸੋ ਪੇਰੈਂਟਸ ਨੂੰ ਮੇਰੀ ਇਹ ਰਿਕੁਐਸਟ ਹੈ, ਉਹਨਾਂ ਨੂੰ ਮੇਰੀ ਇਹ ਸਲਾਹ ਵਾ ਕਿ ਇੱਦਾਂ ਨਾ ਕਰੋ ਕਿ ਆਪਣੇ ਪੈਸੇ ਜੋੜ ਕੇ ਜਾਂ ਜੋ ਵੀ ਤੁਸੀਂ ਆਪਣੀ ਬੇਟੀ ਲਈ ਕਰਨਾ ਚਾਹੁੰਦੇ ਹੋ ਉਹ ਤੁਸੀਂ ਆਪਣਾ ਉਹਦੇ ਵਿਆਹ 'ਤੇ ਲਾ ਦਿਓ, ਜਾਂ ਤੁਸੀਂ ਇਹ ਸੋਚੋ ਕਿ ਤੁਸੀਂ ਉਹਦਾ ਫਿਊਚਰ ਸਿਕਿਓਰ ਕਰੋਗੇ, ਜਾਂ ਇਹਨੇ ਇਸ ਘਰ 'ਚੋਂ ਚਲੇ ਜਾਣਾ ਅਤੇ ਦੂਸਰੇ ਘਰ 'ਚ ਚਲ ਜਾਣਾ। ਸੋ ਇੱਦਾਂ ਨਹੀਂ ਸੋਚਣਾ, ਰੀਅਲ ਟਾਈਮ ਵਿੱਚ ਇਨਵੈਸਟਮੈਂਟ ਕਰਨੀ ਆ, ਭਾਵੇਂ ਉਹ ਬੋਆਏ ਆ, ਭਾਵੇਂ ਗਰਲ ਆ, ਭਾਵੇਂ ਮੁੰਡਾ ਆ, ਭਾਵੇਂ ਕੁੜੀ ਆ। ਸੋ ਰੀਅਲ ਟਾਈਮ ਵਿੱਚ ਇਨਵੈਸਟਮੈਂਟ ਕਰਨ ਦੀ ਬਹੁਤ ਜ਼ਰੂਰਤ ਆ। ਜੇ ਤੁਹਾਡੀ ਬੇਟੀ ਨੂੰ ਅੱਜ ਜ਼ਰੂਰਤ ਆ, ਤੁਸੀਂ ਅੱਜ ਉਹਦੀ ਹੈਲਪ ਕਰੋ। ਜੇ ਉਹ ਅੱਜ ਪੜ੍ਹਨਾ ਚਾਹੁੰਦੀ ਆ, ਅੱਜ ਔਖੇ ਹੋ ਕੇ ਪੜ੍ਹਾਓ, ਰਾਦਰ ਦੈਨ ਕਿ ਕੱਲ੍ਹ ਨੂੰ ਤੁਸੀਂ ਔਖੇ ਹੋ ਕੇ ਉਹਦਾ ਵਿਆਹ ਕਰਨਾ। ਸੋ ਤੁਸੀਂ ਅੱਜ ਉਹਦੇ ਲਈ ਲੱਖਾਂ ਰੁਪਏ ਸੇਵ ਕਰ ਲਏ ਕਿ ਉਹਨੂੰ ਉਹਦੇ ਵਿਆਹ 'ਤੇ ਦੇਣੇ ਆ, ਉਸ ਤੋਂ ਬਾਅਦ ਦੇਣੇ ਆ। ਸੋ ਬਿਲਕੁਲ ਗਲਤ ਸੋਚ ਹੈ, ਤੁਸੀਂ ਉਹਦਾ ਰੀਅਲ ਟਾਈਮ ਜਿਹੜਾ ਉਹਦਾ ਯੰਗ ਏਜ ਆ, ਉਹਦੀ ਟੀਨੇਜ ਆ, ਉਹ ਤੁਸੀਂ ਵੇਸਟ ਕਰਤੀ ਅਤੇ ਬਾਅਦ 'ਚੋਂ ਜਦੋਂ ਉਹ 30-40 ਸਾਲ ਦੇ ਵਿੱਚ ਚਲ ਗਈ ਅਤੇ ਉਦੋਂ ਤੁਸੀਂ ਉਹਦੀ ਹੈਲਪ ਕਰਤੀ, ਸੋ ਉਹ ਬਿਲਕੁਲ ਗਲਤ ਆ। ਸੋ ਰੀਅਲ ਟਾਈਮ ਵਿੱਚ, ਹੁਣ ਵਿੱਚ ਇਨਵੈਸਟ ਕਰੋ ਕਿ ਹੁਣ ਬੱਚਾ ਪੜ੍ਹਨਾ ਚਾਹੁੰਦਾ, ਹੁਣ ਆਪਾਂ ਕਿੰਨੀ ਮਿਹਨਤ ਕਰਕੇ ਉਹਨੂੰ ਵੱਧ ਤੋਂ ਵੱਧ ਉਹਦੀ ਫਾਈਨੈਂਸ਼ੀਅਲ ਹੈਲਪ, ਉਹਦੀ ਮੈਂਟਲ ਸਪੋਰਟ ਉਹਨੂੰ ਦੇ ਸਕਦੇ ਹਾਂ, ਉਹਦੀ ਬਹੁਤ ਜ਼ਿਆਦਾ ਜ਼ਰੂਰਤ ਆ। ਤੁਸੀਂ ਲੱਖਾਂ ਰੁਪਏ ਜਿਹੜੇ ਸੇਵ ਕਰਕੇ ਉਹਨੂੰ ਵਿਆਹ 'ਤੇ ਦੇਣੇ ਆ, ਜੇ ਤੁਸੀਂ ਉਹਦੇ 'ਤੇ ਹੁਣ ਇਨਵੈਸਟ ਕਰੋਗੇ, ਹੁਣ ਉਹਨੂੰ ਵੱਧ ਤੋਂ ਵੱਧ ਉਹਦੀ ਮਦਦ ਕਰੋਗੇ, ਅਤੇ ਉਹਨੇ ਖੁਦ ਆਪ ਹੀ ਕੁਝ ਸਾਲਾਂ ਬਾਅਦ ਆਪ ਹੀ ਲੱਖਾਂ ਰੁਪਏ ਆਪਣੇ ਲਈ ਕਮਾ ਲੈਣੇ ਨੇ। ਤੁਸੀਂ ਚੰਗੇ ਘਰ ਉਹਨਾਂ ਲਈ ਲੱਭਣੇ ਨੇ, ਚੰਗੇ ਘਰ ਤੁਹਾਡੇ ਕੋਲ ਆਪ ਚੱਲ ਚੱਲ ਕੇ ਆਉਣੇ ਨੇ, ਜੇ ਤੁਸੀਂ ਆਪਣੇ ਬੱਚੇ ਨੂੰ ਹੀ ਇੰਨਾ ਵਧੀਆ ਜੇ ਤੁਸੀਂ ਕਰਤਾ। ਸੋ ਇਹ ਗੱਲਾਂ ਸਿਰਫ ਕੁੜੀਆਂ ਲਈ ਨਹੀਂ, ਬੋਇਜ਼ ਲਈ ਵੀ ਬਹੁਤ ਜ਼ਰੂਰੀ ਆ। ਪੇਰੈਂਟਸ ਇੱਦਾਂ ਕਰਦੇ ਕਿ ਕਾਫੀ ਵੇਟ ਕਰਦੇ ਆ ਕਿ ਨਹੀਂ ਤੁਸੀਂ ਖੁਦ ਕਰੋ ਜਾਂ ਆਪਾਂ ਇਹਦੇ ਵਿੱਚ ਤੁਹਾਨੂੰ ਨਹੀਂ ਸਪੋਰਟ ਕਰ ਰਹੇ। ਸੋ ਇੱਦਾਂ ਨਹੀਂ, ਬੱਚਿਆਂ ਨੂੰ ਵੀ ਆਪਣੇ ਬਲ 'ਤੇ ਬੈਸਟ ਤੋਂ ਬੈਸਟ ਦੇਣਾ ਚਾਹੀਦਾ, ਤਾਂ ਹੀ ਪੇਰੈਂਟਸ ਦਾ ਵੀ ਫਰਜ਼ ਬਣਦਾ ਉਹਨਾਂ ਦੀ ਹੈਲਪ ਕਰਨਾ। ਬਟ ਜੇ ਤੁਸੀਂ ਆਪਣੇ ਬੱਚਿਆਂ ਦੀ ਹੈਲਪ ਕਰ ਸਕਦੇ ਹੋ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਮਾਂ ਜਿਹੜਾ ਬਹੁਤ ਜ਼ਿਆਦਾ ਵਿੱਚ ਗੈਪ ਪਾ ਦਿਓ ਜਦੋਂ ਤੱਕ ਕਿ ਅਸਲ ਸਮਾਂ ਉਹਨਾਂ ਦੇ ਹੱਥੋਂ ਜਿਹੜਾ ਨਿਕਲ ਜੇ। ਸੋ ਸਟੂਡੈਂਟਸ ਨੂੰ ਅਤੇ ਪੇਰੈਂਟਸ ਨੂੰ ਮੇਰਾ ਇਹ ਮੈਸੇਜ ਸੀ, ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਲਈ, ਥੈਂਕ ਯੂ।